ਪਹਿਲਾ ਜਜ਼ਬਾ ਆਪਣੀ ਮਾਂ ਵਾਸਤੇ ਜਾਗਿਆ, ਪਿਆਰ ਦਾ ਤੇ ਹੈ ਹੀ ਸੀ, ਜਿਹੜਾ ਦੂਸਰਾ ਜਜ਼ਬਾ ਮਾਂ ਵਾਸਤੇ ਜਾਗਿਆ ਉਹ ਸੀ ਅਹਿਸਾਸ ਦਾ। ਹਮ ਟਰਾਈ ਕਰਤੇ ਹੈ ਜੀ ਬੇਨਜ਼ੀਰ ਕੀ ਬਿਰਯਾਨੀ, ਇਹ ਦੇਖੇ ਜੀ ਬੇਨਜ਼ੀਰ ਕੀ ਖੂਬਸੂਰਤ ਕਲੈਕਸ਼ਨ। ਹਾਏ 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 ਅਸਲਾਮ ਅਲੈਕੁਮ ਜੀ, ਗੁੱਡ ਮੋਰਨਿੰਗ। ਦੇਖੇ ਯੇ ਪਾਰਟੀ ਕੇ ਬਾਅਦ ਕੀ ਸੁਬਹਾ, ਔਰ ਮੈਂ ਦੁਬਾਰਾ ਆਪਣੀ ਸਫਾਈ ਪਰ ਲੱਗੀ ਹੋਈ ਹੂੰ, ਇੱਥੋਂ ਕਰ ਲਵਾਂ ਫਿਰ ਆਪਕੋ ਬਤਾਤੀ ਹੂੰ। ਕਿਚਨ ਕਰ ਦਿਆ ਜੀ ਮੈਨੇ ਸਾਫ, ਦੇਖੇ ਬਰਤਨ ਧੋ ਕੇ ਕਿੱਡੀ ਟਿਸ਼ੀ ਲਾਈ ਹੈ, ਮੰਮੀ ਕਹਿੰਦੇ ਹੁੰਦੇ ਸਨ ਟਿਸ਼ੀ ਲਾਈ ਹੈ ਭਾਂਡਿਆਂ ਦੀ। ਇਹ ਦੇਖੇ ਅਬ ਹਮ ਆਤੇ ਹੈ ਇਧਰ, ਇਹ ਦੇਖੇ ਇਧਰ ਇਹ ਰਾਤ ਕੇ ਇਹ ਚੀਜ਼ਾਂ, ਇਹ ਮੈਂ ਅਬ ਯਹਾਂ ਸੇ ਉਠਾਤੀ ਹੂੰ ਔਰ ਕਰਤੀ ਹੂੰ ਸਫਾਈ। ਬਾਹਰ ਦੇਖੇ ਮੌਸਮ ਕਿਤਨਾ ਅੱਛਾ, ਅੱਜ ਡਿਸ਼ ਵਾਸ਼ਰ ਚੱਲ ਰਿਹਾ ਦੇਖੇ, ਇਹਦੇ 'ਚ ਵੀ ਧੁੱਪਦੇ ਪਏ ਨੇ ਭਾਂਡੇ, ਲੇਕਿਨ ਕੁਛ ਹੱਥ ਸੇ ਵੀ ਧੋਨੇ ਆ। ਓ ਵੈਰੀ ਨਾਈਸ, ਦੇਖੇ ਜੀ ਮੇਰੀ ਬੇਟੀ ਮੇਰੇ ਲਈ ਕਿਤਨਾ ਅੱਛਾ ਨਾਸ਼ਤਾ ਬਣਾ ਕੇ ਲਾਈ ਹੈ। ਤੋ ਜੀ ਬੇਟੀ ਨੇ ਵੁਮੈਨਸ ਡੇ ਪੇ ਕਹਾ ਮਾਮਾ ਆਪਕੋ ਮੈਂ ਅੱਛਾ ਸਾ ਨਾਸ਼ਤਾ ਬਣਾ ਕੇ ਦੇਤੀ ਹੂੰ, ਅਤੇ ਮੈਂ ਕਿਹਾ ਚੱਲ ਫਿਰ ਹੈਂ ਕੁਛ ਤਾਂ ਫਾਇਦਾ ਹੋਏ ਸਾਨੂੰ ਵੁਮੈਨਸ ਡੇ ਦਾ, ਕਿਸੇ ਨੂੰ ਤਾਂ ਪਤਾ ਚੱਲੇ ਕਿ ਵੂਮਨਾਂ ਹੈ ਨੇ ਦੁਨੀਆਂ 'ਤੇ, ਕਿ ਵੂਮਨਾਂ ਕਿਧਰੇ ਮੁੱਕ ਨਹੀਂ ਗਈਆਂ। ਤੋ ਮੈਨੇ ਜੀ ਯਹਾਂ ਪਰ ਅਯਾਨ ਕੋ ਲੱਗ ਗਈ ਥੀ ਭੂਖ, ਸਕੂਲ ਸੇ ਆਇਆ ਥਾ, ਤੋ ਮੈਨੇ ਕਿਹਾ ਕਿ ਮੈਂ ਇਸਕੋ ਨਾ ਨੂਡਲੇ ਬਣਾ ਦੂੰ। ਤੋ ਪ੍ਰੋਨਸ ਪੜੇ ਸਨ ਤਿੰਨ ਚਾਰ ਫਰੀਜ਼ਰ ਦੇ ਵਿੱਚ, ਤਿੰਨ ਚਾਰ ਨਹੀਂ ਖੈਰ ਬਹੁਤੇ ਹੀ ਸਨ। ਜਿੰਜਰ ਗਾਰਲਿਕ ਡਾਲ ਕੇ ਮੈਨੇ ਇਨਕੋ ਭੁੰਨ ਲਿਆ ਅੱਛੀ ਤਰ੍ਹਾਂ ਸੇ, ਸੋਇਆ ਸੋਸ ਡਾਲਾ ਅਤੇ ਫਰੇ ਕੀ ਇਹ ਜੋ ਪੁੱਠੀਆਂ ਸਿੱਧੀਆਂ ਸੋਸਾਂ ਪਾ ਕੇ, ਚਾਈਨੀਜ਼ ਤਾਂ ਵੈਸੇ ਕੋਈ ਐਡਾ ਔਖਾ ਕੋ ਨਹੀਂ, ਹਰ ਕੋਈ ਬਣਾ ਲੈਂਦਾ, ਸੋਇਆ ਸੋਸ ਓਇਸਟਰ ਸੋਸ ਪਾ ਪੂ ਕੇ ਘਰ, ਜਿਹੜੀਆਂ ਕੋਈ ਚਾਰ ਪੰਜ ਸਬਜ਼ੀਆਂ ਪਈਆਂ ਸਨ, ਬੰਦ ਗੋਭੀ ਪਈ ਸੀ ਉਹ ਪਾ ਦਿੱਤੀ, ਗਾਜਰਾਂ ਪਾ ਦਿੱਤੀਆਂ, ਤਾਂ ਬਸ ਉਹ ਕਰ ਲਿਆ, ਇੱਧਰ ਨੂਡਲਾਂ ਉਬਾਲ ਲਈਆਂ, ਔਰ ਬਸ ਜੀ ਹਮਨੇ ਇਸਮੇ ਸਭ ਕੁਛ ਜੋ ਹੈ ਨਾ ਮਿਕਸਚਰ ਵੋ ਇਸਮੇ ਹਮਨੇ ਐਡ ਕਰਕੇ, ਅਤੇ ਅਸੀਂ ਇਹਨੂੰ ਘੁਮਾ ਫਿਰਾ ਲਿਆ। ਇੱਧਰ ਮੈਂ ਕਿਹਾ ਭੁੱਕਾ ਵਾਲਾ ਪਿਆਜ਼ ਹੈ ਇਸਕੋ ਵੀ ਕਾਟ ਲੈ ਜ਼ਰਾ ਵਧੀਆ ਸਾ, ਜ਼ਰਾ ਥੋੜ੍ਹੀ ਜਿਹੀ ਰੌਣਕ ਲੱਗ ਜਾਂਦੀ ਹੈ ਹਾਂਡੀ 'ਚ, ਧਨੀਆ ਬੜਾ ਸੋਹਣਾ ਸੀ, ਮੈਂ ਕਿਹਾ ਧਨੀਆ ਵੀ ਪਾ ਲਵਾਂ, ਔਰ ਬੜਾ ਹੀ ਚੰਗਾ ਲੱਗਦਾ ਬੱਚਿਆਂ ਨੂੰ ਜਿਹੜੇ ਮੈਂ ਉਹਨਾਂ ਨੂੰ ਵਧੀਆ ਜਿਹਾ ਡੈਕੋਰੇਟ ਕਰਕੇ ਦੇਵਾਂ ਖਾਣਾ। ਔਰ ਇਹ ਦੇਖੇ ਜੀ ਉੱਪਰ ਹਮਨੇ ਧਨੀਆ ਡਾਲਾ ਔਰ ਬੜਾ ਸੋਹਣਾ ਸਿਆ ਇਸਕੋ ਹਮਨੇ ਮਿਕਸ ਕਰ ਲਿਆ। ਫਿਰ ਜੀ ਹੁਣ ਮਾਮਾ ਖਾਣਾ ਡਾਲ ਦੇ, ਹੈਂ ਬੰਦਾ ਵੈਸੇ ਆਪ ਹੀ ਖਾਣਾ ਪਾ ਕੇ ਖਾ ਹੀ ਸਕਦਾ, ਪਰ ਮਾਂ ਦੀ ਮੁਹੱਬਤ ਹੈ ਨਾ ਫਿਰ। ਅਤੇ ਇੱਥੇ ਜੀ ਜ਼ਰਾ ਕੁ ਸ਼ਾਮ ਪੈ ਗਈ ਅਤੇ ਮੈਂ ਕਿਹਾ ਮੈਂ ਫਟਾਫਟ ਕੁਇਕ ਵਾਲੀ ਬਿਰਿਆਨੀ ਬਣਾਵਾਂ। ਤੋ ਜੀ ਇਸਮੇ ਹਮਨੇ ਟਮਾਟਰ, ਹਰੀ ਮਿਰਚੇ ਔਰ ਧਨੀਆ, ਮੇਮਨ ਬਿਰਿਆਨੀ ਮਸਾਲਾ, ਇਹ ਸਭ ਤੋਂ ਬਿਹਤਰ ਮੈਨੂੰ ਲੱਗਿਆ, ਪੂਰਾ ਹੀ ਡੋਲ ਦਿੱਤਾ, ਉੱਤੇ ਪਾਇਆ ਗਰਮ ਮਸਾਲਾ, ਦਹੀਂ ਔਰ ਜਿੰਜਰ ਗਾਰਲਿਕ ਕਾ ਪੇਸਟ, ਅੱਜ ਸਭ ਕੁਛ ਰੈਡੀਮੇਡ ਥਾ। ਮੈਂ ਕਿਹਾ ਬਸ ਮੈਂ ਤਾਂ ਥੱਕ ਗਈ ਵੀ ਪਿਆਜ਼ ਕੱਟ ਕੱਟ ਕੇ, ਲਸਣ ਅਦਰਕ ਛਿਲ ਛਿਲ ਕੇ, ਮੈਂ ਕਿਹਾ ਅੱਜ ਪਕਾਓ ਇੰਜੀ, ਮੈਨੂੰ ਕਿਹੜਾ ਬਾਅਦ 'ਚੋਂ ਕੋਈ ਮੈਡਲ ਲੱਭ ਜਾਣਾ, ਮੈਂ ਸਹੀ ਚੀਜ਼ਾਂ ਪਾ ਕੇ ਪਕਾ। ਤੋ ਯਹਾਂ ਜੀ ਮੈਨੇ ਰੱਖਾ ਉੱਪਰ ਦੇਚਕਾ, ਦੇਚਕੇ 'ਚ ਪਾਇਆ ਜ਼ੀਰਾ ਅਤੇ ਨਿੰਬੂ ਅਤੇ ਧਨੀਆ, ਪੁਦੀਨਾ, ਨਮਕ, ਇਹਦੇ 'ਚ ਅਸੀਂ ਚੌਲ ਉਬਾਲਨੇ ਸਨ। ਔਰ ਯਹਾਂ ਪੇ ਜੀ ਬਣਨੇ ਲੱਗੀ ਹੈ ਬਿਰਿਆਨੀ, ਤੇਲ ਡਾਲਾ, ਤੇਲ ਮੈਂ ਡਾਲਾ ਜ਼ੀਰਾ ਜੋ ਮੈਨੇ ਮੈਰੀਨੇਟ ਕੀ ਵੀ ਥੀ ਚਿਕਨ, ਵੋ ਹਮਨੇ ਇਸਮੇ ਡਾਲ ਦੀ। ਪਰ ਮੈਂ ਤੁਹਾਨੂੰ ਦੱਸਾਂ ਬਈ ਬੜੀ ਮਜ਼ੇਦਾਰ ਬਿਰਿਆਨੀ ਪੱਕੀ, ਬਈ ਕਿਸੇ ਨੂੰ ਪਤਾ ਲੱਗਾ ਨਹੀਂ ਕਿ ਮੈਂ ਅੱਜ ਕੀ ਕੀਤਾ ਹਾਂਡੀ 'ਚ। ਆਲੂ ਜੋ ਹੈ ਉਹ ਵੀ ਮੈਨੇ ਇੱਧਰ ਕਾਟ ਲਈਏ, ਆਲੂ ਬੱਚੇ ਸ਼ੌਕ ਨਾਲ ਖਾਂਦੇ ਨੇ, ਹੈਂ ਅਤੇ ਆਲੂ ਵੀ ਹਾਂਡੀ 'ਚ ਪਾ ਕੇ ਚੰਗੀ ਤਰ੍ਹਾਂ ਅਸੀਂ ਭੁੰਨ ਲਏ ਆਲੂ, ਔਰ
ਮੈਂ ਕਿਹਾ ਚਲੋ ਹੁਣ ਵਧੀਆ ਜੀ ਬਣੇਗੀ ਬਿਰਿਆਨੀ। ਉੱਪਰ ਹਮਨੇ ਦੇ ਦਿਆ ਢੱਕਣਾ, ਥੋੜ੍ਹੀ ਦੇਰ ਆਲੂ ਜਿਹੜੇ ਨੇ ਨਾ ਉਹ ਜ਼ਰਾ ਗਲਣ ਦਿੱਤੇ, ਜਿਹੜੇ ਆਲੂ ਗੁੱਲ ਗਏ ਚੰਗੀ ਤਰ੍ਹਾਂ, ਉਸ ਵੇਲੇ ਅਸੀਂ ਉਹਨੂੰ ਘੁਮਾ ਫੜਾ ਲਿਆ। ਅਤੇ ਇਹ ਮੇਰੇ ਕੋਲ ਪਈ ਸੀ ਸੁੱਕੀ, ਕੀ ਕਹਿੰਦੇ ਨੇ, ਐਪਰੀਕੋਟ ਸੁੱਕਾ, ਬੋਸ ਮੈਂ ਡਾਲ ਦਿਆ, ਨਿੰਬੂ ਨਿਚੋੜ ਦਿਆ, ਚਾਵਲ ਜਿਹੜੇ ਨੇ ਉਹ ਵੀ ਸਾਡੇ ਬਸ ਉਬਲ ਗਏ ਸਨ। ਅਤੇ ਮੈਂ ਕਿਹਾ ਇਹਨਾਂ ਨੂੰ ਮੈਂ ਕੱਢਾਂ ਇਹਦੇ 'ਚ ਛਾਣਨੇ 'ਚ, ਔਰ ਬਸ ਜੀ ਇਸ ਵੀ ਮੈਨੇ ਦੇਚ ਕੇ ਮੈਂ ਡਾਲਾ ਥੋੜ੍ਹਾ ਸਾ ਓਇਲ ਔਰ ਥੋੜ੍ਹਾ ਸਾ ਬਟਰ ਔਰ ਪਾਣੀ, ਉਸਕੇ ਉੱਪਰ ਮੈਨੇ ਡਾਲੇ ਚਾਵਲ, ਕਿ ਜਿੰਨੀ ਦੇਰ 'ਚ ਸਟੀਮ ਬਣ ਕੇ ਦਮ ਲੱਗੇਗਾ ਨਾ, ਹਾਂਡੀ ਨੂੰ ਲੱਗਣ ਨਹੀਂ ਲੱਗੇ ਥੱਲੇ। ਉੱਪਰ ਹਮਨੇ ਡਾਲ ਦਿਆ ਧਨੀਆ, ਔਰ ਹਮਨੇ ਡਾਲ ਦੀਏ ਕਿਆ ਕਹਿੰਦੇ ਨੇ ਉਹਨੂੰ, ਆਏ ਹਾਏ ਪਿਆਜ਼ ਨਾ ਹੀ ਨਹੀਂ ਚੀਜ਼ਾਂ ਦੇ ਮੂੰਹ 'ਚ ਫਸ ਜਾਂਦੇ, ਨਾ ਹੀ ਨਹੀਂ ਆਉਂਦੇ। ਤੋ ਬਸ ਜੀ ਇਸਕੀ ਤਹਿਵੇਂ ਲਗਾਤੇ ਗਏ ਹਮ, ਹਰ ਤਹਿ ਮੈਂ ਦਰਦ ਦਬਾਤੇ ਗਏ ਹਮ, ਉੱਪਰ ਸੇ ਸਜਾਤੇ ਗਏ ਹਮ, ਔਰ ਜ਼ਿੰਦਗੀ ਕੋ ਗੁਲਜ਼ਾਰ ਬਣਾਤੇ ਗਏ ਹਮ, ਔਰ ਉਸਕੇ ਉੱਪਰ ਵੀ ਸਿਤਮ ਯੇ ਕਿ ਟਕਨਾ ਦੇ ਕੇ ਬਸ ਉਸਕੇ ਅੰਦਰ ਹੀ ਜੋ ਵੀ ਥਾਂ ਦਬਾਤੇ ਗਏ। ਕਿੱਡੀ ਵਧੀਆ ਪੋਇਟਰੀ ਹੋਈ ਹੈ ਹੈਂ। ਤੋ ਇੱਥੇ ਜੀ ਮੈਂ ਕਿਹਾ ਮੈਂ ਰਾਇਤਾ ਵੀ ਬਣਾ ਲਵਾਂ, ਕਿਤੇ ਆਹੀ ਨਾ ਕਹਿਣ ਕਿ ਬਿਰਿਆਨੀ ਬਣਾਈ ਸੀ ਅਤੇ ਰਾਇਤਾ ਨਹੀਂ ਬਣਾਇਆ ਹੈ, ਰਾਇਤਾ ਨਹੀਂ ਬਣਾਇਆ, ਉਹ ਵੀ ਬਣਾ ਲੈਣਾ ਥਾ। ਮੈਂ ਕਿਹਾ ਇਸ ਤੋਂ ਪਹਿਲੇ ਕੋਈ ਮੈਨੂੰ ਕਹੇ ਮੈਂ ਕਿਉਂ ਗੱਲਾਂ ਸੁਣਾ, ਮੈਂ ਬਣਾ ਹੀ ਲਵਾਂ। ਤੋ ਬਿਰਿਆਨੀ ਕਾ ਦਮ ਹਮਨੇ ਫਰੋਲਾ, ਅਤੇ ਬਿਰਿਆਨੀ ਵੀ ਕਹਿੰਦੀ ਹੈ ਬਸ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ, ਪਰ ਦਮ ਬੜਾ ਸੋਹਣਾ ਆਇਆ ਸੀ। ਤੋ ਜੀ ਇਸਕੋ ਹਮਨੇ ਅੱਛੀ ਤਰ੍ਹਾਂ ਸੇ ਫੋਲਾ, ਆਪ ਦੇਖੇ ਚਾਵਲ ਕਿੱਡੇ ਸੋਹਣੇ ਵੱਖਰੇ ਵੱਖਰੇ ਬਣੇ, ਔਰ ਰੰਗ ਕਿਤਨਾ ਜ਼ਬਰਦਸਤ ਬਣਾ ਹਾਂਡੀ ਕਾ, ਔਰ ਇਹ ਦੇਖੇ ਜੀ ਇਹ ਪਲੇਟ ਫਿਰ ਮੈਨੇ ਤਿਆਰ ਕੀ। ਮੈਂ ਕਿਹਾ ਆ ਜਾਓ ਬਈ ਪੱਕ ਗਈ ਜੇ, ਹੁਣ ਲੈ ਜਾਓ ਅਤੇ ਪਲੇਟਾਂ ਦੌੜ ਜਾਓ, ਆਪਣੀਆਂ ਪਲੇਟਾਂ ਲੈ ਕੇ ਦੌੜ ਜਾਓ। ਤੋ ਜੀ ਬਸ ਇਹੀ ਕੰਮ ਹੁੰਦਾ ਹੈ ਮਾਂ ਕਾ। ਵੂਮਨਸ ਡੇ ਤੋਂ ਹਰ ਦਿਨ ਹੁੰਦਾ ਹੈ, ਕੋਈ ਇੱਕ ਦਿਨ ਤਾਂ ਹੁੰਦਾ ਨਹੀਂ ਜਿਹਦੇ 'ਚ ਅਸੀਂ ਕਹੀਏ ਕਿ ਇੱਕ ਦਿਨ ਹੁੰਦਾ ਹੈ। ਲੈ ਜੀ ਅਬ ਚਲਤੇ ਹੈ ਅਗਲੇ ਦਿਨ ਕੀ ਤਰ੍ਹਾਂ। ਦੇਖੇ ਜੀ ਆਏ ਹੈ ਇਹ ਮਾਰਕੀ, ਹਮਨੇ ਇਨਸੇ ਪਤਾ ਕੀਆ ਥਾ, ਇਹਨਾਂ ਨੇ ਮੇਰੀ ਫਰੈਂਡ ਜੋ ਲਾਸਟ ਈਅਰ ਇੰਡੀਅਨ ਵੈਡਿੰਗ ਹੋਈ ਥੀ ਵਹਾਂ ਪੇ ਬਹੁਤ ਬੜੀ ਮਾਰਕੀ ਲਗਾਈ ਥੀ। ਅੱਛਾ ਤੁਸੀਂ ਕਹਿੰਦੇ ਪਿਓ ਵੁੱਡ ਫਲੋਰ ਇੱਥੇ ਲਾ ਦਈਏ। ਹਾਂਜੀ ਇੱਥੇ ਵੁੱਡ ਬਲੂ ਪਾ ਦਈਏ, ਫਿਰ ਨਾ ਪਾਣੀ ਆਉਣ ਦੇ ਚਾਂਸਸ ਘੱਟ ਜਾਂਦੇ ਆ। ਅੱਛਾ ਸਾਈਡ ਤੋਂ ਗਿਰਦਾ ਨਾ ਇਸ ਕਮਿੰਗ ਇਨ ਸਾਈਡ। ਅੱਛਾ ਤੇ ਜੇ ਤੁਸੀਂ ਕੀਪ ਵਨ ਵੀਕ ਦੈਨ। ਅੱਛਾ ਫਿਰ ਠੀਕ ਹੈ, ਵੁੱਡ ਫਲੋਰ ਠੀਕ ਹੈ। ਚਲੋ ਫਿਰ ਠੀਕ ਹੈ, ਬਾਕੀ ਤੁਸੀਂ ਪਰ ਜੇ ਥੱਲੇ ਬੈਠਣਾ ਬੂਠਣਾ ਹੋਇਆ। ਹਾਂਜੀ ਫਿਰ ਈਜ਼ੀ ਰਹਿੰਦਾ ਨਾ, ਬੁੜਫੋ ਪਾ ਕੇ ਦੇਣਾ ਆਪਾਂ ਕਾਰਪੇਟ ਪਾ ਦੇ ਉੱਤੇ। ਚਲੋ ਠੀਕ ਹੈ, ਹਾਂਜੀ ਫਿਰ ਠੀਕ ਹੈ ਠੀਕ ਹੈ। ਹਾਂ ਹਾਂਜੀ ਹਾਂਜੀ ਚਲੋ ਕਾਰਪੇਟ ਪਾਵਾਂਗੇ, ਅੰਦਰ ਲਾਈਨਿੰਗ ਲੱਗ ਜਾਣੀ ਸਾਰੀ। ਅੱਛਾ ਮੇਜਰਮੈਂਟ ਕਰ ਲਈ ਤੁਸੀਂ, ਪਹਿਲਾਂ ਇੱਥੇ ਲਾਉਣਾ ਗਰਾਸ ਤੇ ਵੀ ਲਾਉਣਾ ਚਾਹੁੰਦੇ ਆ? ਗਰਾਸ ਤੇ ਪਤਾ ਨਹੀਂ, ਗਰਾਸ ਤੇ ਚੰਗੀ ਲੱਗੇਗੀ, ਵਿੱਚ ਸਟੈਪਸ ਆ ਜਾਂਦੇ ਨੇ। ਹਾਂ ਨਹੀਂ ਸੈਪਰੇਟ ਨਹੀਂ, ਫਿਰ ਉੱਥੇ ਕਿੰਨੇ ਜਾਣਾ। ਹਾਂ ਅਸਲਾਮ ਅਲੈਕੁਮ ਜੀ ਵੀਰਨ ਵੀਨਿਓ, ਕੀ ਹਾਲ ਹੈ, ਤੁਸੀਂ ਠੀਕ ਹੋ? ਮੈਂ ਕਿਹਾ ਅੱਜ ਤੁਹਾਨੂੰ ਸਾਰਿਆਂ ਨੂੰ ਹੈਪੀ ਵੂਮਨਸ ਡੇ ਕਹਿ ਦੇਵਾਂ, ਔਰ ਵੀਰਾਂ ਨੂੰ ਇਸ ਵਾਸਤੇ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਹੁੰਦਾ ਕਿ ਨਹੀਂ? ਮਾਂ ਬੇਟੀ ਬਹਿਣ ਬੀਵੀ ਹਰ ਦੇ ਪਿੱਛੇ ਇੱਕ ਔਰਤ ਜ਼ਰੂਰ ਹੁੰਦੀ ਹੈ ਜਿਹੜੀ ਉਹਨੂੰ ਇਨਕਰੇਜ ਕਰਦੀ ਹੈ, ਜਿਹੜੀ ਉਹਨੂੰ ਜ਼ਿੰਦਗੀ 'ਚ ਅੱਗੇ ਵਧਣ 'ਚ ਉਹਦੇ ਦਿਲ ਅਤੇ ਦਿਮਾਗ ਨੂੰ ਸਕੂਨ ਦਾ ਬਾਇਸ ਬਣਦੀ ਹੈ। ਤਾਂ ਹੀ ਮਰਦ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਸਕਦਾ। ਇੱਕ ਔਰਤ ਉਹਦੀ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਜ਼ਿੰਦਗੀ 'ਚ। ਔਰਤ ਬਹੁਤ ਇੱਕ ਅਹਿਮ ਰੋਲ ਅਦਾ ਕਰਦੀ ਹੈ ਇਸ ਮੁਆਸ਼ਰੇ 'ਚ, ਉਸ ਮੁਆਸ਼ਰੇ ਨੂੰ ਅੱਛਾ ਬਣਾਉਣ ਵਾਸਤੇ। ਤੋ ਜੀ ਮੈਂ ਅੱਜ ਆਪਕੋ ਆਪਣੇ ਬਚਪਨ ਕੀ ਸਟੋਰੀ ਸੁਣਾਤੀ, ਮੇਰੀ ਕਹਾਣੀ ਸੁਣੀਓ ਕਿ ਬਚਪਨ 'ਚ ਮੈਂ ਔਰਤ ਨੂੰ ਕੀ ਸਮਝਿਆ ਔਰ ਕੀ ਮਹਿਸੂਸ ਕੀਤਾ। ਅੱਖ ਖੋਲ੍ਹੀ ਅਤੇ ਆਪਣੀ ਮਾਂ ਨੂੰ ਵੇਖਿਆ, ਮਾਂ ਨਾਲ ਮੈਨੂੰ ਬਹੁਤ ਮੁਹੱਬਤ ਸੀ।
ਔਰ ਜੋ ਮੈਂ ਆਪਣੀ ਮਾਂ ਨੂੰ ਵੇਖਿਆ, ਮੈਂ ਵੇਖਿਆ ਕਿ ਉਹ ਘਰ ਦਾ ਬਹੁਤ ਕੰਮ ਕਰਦੇ ਨੇ, ਬਹੁਤ ਸਾਰਾ, ਔਰ ਜ਼ਿੰਮੇਦਾਰੀਆਂ ਬਹੁਤ ਨੇ। ਮੇਰੇ ਬੇਜੀ ਦਾਦਾ ਜੀ ਨੂੰ ਫਾਲਜ ਸੀ ਔਰ ਅੰਮੀ ਉਹਨਾਂ ਨੂੰ ਸੰਭਾਲਦੇ ਸਨ, ਉਹਦੇ ਨਾਲ ਆਪਣੇ ਬੱਚਿਆਂ ਨੂੰ ਵੀ ਵੇਖਦੇ ਸਨ। ਅਤੇ ਮੇਰੇ ਦਿਲ 'ਚ ਜਿਹੜਾ ਸਭ ਤੋਂ ਪਹਿਲਾ ਜਜ਼ਬਾ ਆਪਣੀ ਮਾਂ ਵਾਸਤੇ ਜਾਗਿਆ, ਪਿਆਰ ਦਾ ਤਾਂ ਹੈ ਹੀ ਸੀ, ਜਿਹੜਾ ਦੂਸਰਾ ਜਜ਼ਬਾ ਮਾਂ ਵਾਸਤੇ ਜਾਗਿਆ ਉਹ ਸੀ ਅਹਿਸਾਸ ਦਾ। ਅਹਿਸਾਸ ਬਹੁਤ ਸੀ ਦਿਲ 'ਚ ਕਿ ਅੰਮੀ ਬਹੁਤ ਹੀ ਕੰਮ ਕਰਦੇ ਨੇ, ਅੰਮੀ ਬਹੁਤ ਹੀ ਜਿਹੜਾ ਨਾ ਰੈਸਟ ਨਹੀਂ ਕਰਦੇ, ਜ਼ਿੰਮੇਦਾਰੀਆਂ ਬਹੁਤ ਨੇ। ਔਰ ਉਸ ਪਰ ਫਿਰ ਕਿਆ ਹੋਤਾ ਥਾ, ਬੇਟੀ ਪੈਦਾ ਹੋ ਜਾਤੀ ਥੀ, ਏਕ ਬੇਟੀ, ਦੂਸਰੀ ਬੇਟੀ, ਤੀਸਰੀ ਬੇਟੀ। ਔਰ ਬੇਟੀਆਂ ਦੇ ਹੋਣ 'ਤੇ ਫਿਰ ਲੋਕਾਂ ਨੇ ਆ ਕੇ ਕਹਿਣਾ ਕਿ ਆਏ ਹਾਏ ਕੁੜੀਆਂ ਦਾ ਟੋਕਰਾ, ਤੂੰ ਤਾਂ ਕਿਸੇ ਨਾਲ ਭੈੜਾ ਨਹੀਂ ਕਰਦੀ, ਆਏ ਆਪਾਂ ਲਈ ਮਤ ਤੇਰੇ ਘਰ ਕੁੜੀਆਂ ਕਿਉਂ ਹੋਈ ਜਾਂਦੀਆਂ ਨੇ। ਰਿਸ਼ਤੇਦਾਰਾਂ ਨੇ ਵੀ ਕਈਆਂ ਨੇ ਅੰਮੀ ਕੋ ਕਹਿਣਾ, ਮੇਰੀ ਪੁੱਪੋ ਕਹਾ ਕਰਦੀ ਥੀ ਕਿ ਤੂੰ ਜਦੋਂ ਇਹਨਾਂ ਨੂੰ ਵਿਆਹੇਂਗੀ ਨਾ ਤੈਨੂੰ ਉਦੋਂ ਪਤਾ ਚੱਲੇਗਾ। ਸਾਡੀ ਮਾਂ ਕੋਲ ਟਾਈਮ ਨਹੀਂ ਸੀ ਸਾਡੇ ਨਾਲ ਬਹਿ ਕੇ ਕੋਈ ਪਿਆਰ ਦੀ ਗੱਲ ਕਰਨ ਦਾ, ਉਹਨਾਂ ਨੇ ਬਸ ਖਵਾ ਦੇਣਾ, ਖਾਣਾ ਬਣਾ ਦੇਣਾ, ਖਾ ਦੇਣਾ, ਬਗੈਰ ਕਹੇ, ਬਗੈਰ ਜਤਾਏ। ਮਾਂ ਬਾਪ ਸੇ ਮੁਹੱਬਤ ਕੈਸੇ ਹੋਤੀ ਹੈ, ਇਹ ਮੈਂ ਮਹਿਸੂਸ ਕੀਤਾ। ਪੰਜਵੀਂ ਕਲਾਸ ਮੈਂ ਚਲੀ ਗਈ ਆਪਣੀ ਪੱਪੋ ਕੇ ਪਾਸ, 3-4 ਸਾਲ ਮੈਂ ਵਹਾਂ ਰਹੀ, ਔਰ ਮੇਰੀ ਸੈਕੰਡਰੀ ਐਜੂਕੇਸ਼ਨ ਮੇਰੀ ਪੱਪੋ ਕੇ ਪਾਸ ਮੁਲਤਾਨ ਹੋਈ। ਜਿਹੜੀ ਉਹ ਮਾਂ ਦੀ ਦੂਰੀ ਸੀ ਉਹ ਵੀ ਮੈਨੂੰ ਬਹੁਤ ਹੀ ਮਹਿਸੂਸ ਹੁੰਦੀ ਸੀ, ਸ਼ਾਇਦ ਛੋਟੀ ਉਮਰ 'ਚ ਹੀ ਮੈਂ ਮੈਚੋਰ ਹੋ ਗਈ। ਔਰ ਇੰਨੇ ਸ਼ਿਕਵੇ ਸ਼ਿਕਾਇਤਾਂ ਕਈ ਵਾਰੀ ਮੇਰੇ ਦਿਲ 'ਚ ਹੁੰਦੇ ਸਨ, ਲੇਕਿਨ ਮੈਂ ਕਦੇ ਆਪਣੀ ਮਾਂ ਨਾਲ ਨਹੀਂ ਸਨ ਕੀਤੇ ਕਿ ਮਾਂ ਤੋਂ ਦੂਰੀ ਫਿਰ ਇੰਝ ਦੀ ਹੋ ਜਾਂਦੀ ਹੈ ਕਿ ਕੋਈ ਹਲਕਾ ਜਿਹਾ ਕੁਛ ਕਹਿ ਦੇਵੇ ਅਤੇ ਉਹਦੇ 'ਤੇ ਵੀ ਮੇਰਾ ਦਿਲ ਬਹੁਤ ਦੁਖੀ ਹੋ ਜਾਂਦਾ ਹੁੰਦਾ ਸੀ। ਕਿਸੇ ਨੇ ਮੈਨੂੰ ਹਲਕਾ ਜਿਹਾ ਡਾਂਟ ਦੇਣਾ ਤਾਂ ਮੈਨੂੰ ਇੰਨਾ ਰੋਣਾ ਆਉਣਾ ਕਿ ਮੈਂ ਅੰਮੀ ਦੇ ਕੋਲ ਨਹੀਂ। ਇਹ ਸਾਰੀ ਚੀਜ਼ਾਂ ਨਾ, ਇਹਨਾਂ ਸਾਰੀਆਂ ਚੀਜ਼ਾਂ ਨੇ ਬਹੁਤ ਹੀ ਮੈਨੂੰ ਟਾਈਮ ਤੋਂ ਪਹਿਲੇ ਮੈਚੋਰ ਕਰ ਦਿੱਤਾ ਕਿ ਕੋਈ ਵੀ ਗੱਲ ਘਰ 'ਚ ਹੋਣੀ ਤਾਂ ਮੈਂ ਅੰਮੀ ਨੇ ਮਸ਼ਵਰਾ ਕਰਨਾ ਮੇਰੇ ਨਾਲ ਕਿ ਇਸ ਤਰ੍ਹਾਂ ਕਰ ਲਈਏ ਜਾਂ ਉਂਝ ਕਰ ਲਈਏ, ਔਰ ਕੋਸ਼ਿਸ਼ ਕਰਨੀ ਕਿ ਜਿੰਨਾ ਵੀ ਆਪਣੀ ਮਾਂ ਨੂੰ ਆਰਾਮ ਮੈਂ ਦੇ ਸਕਦੀ ਸਾਂ, ਕਾਲਜ ਜਾਣ ਤੋਂ ਪਹਿਲੇ, ਸਕੂਲ ਜਾਣ ਤੋਂ ਪਹਿਲੇ ਘਰ ਦਾ ਪੂਰਾ ਕੰਮ ਕਰਕੇ ਜਾਣਾ ਕਿ ਅੰਮੀ ਨੂੰ ਪਿੱਛੋਂ ਕੰਮ ਨਾ ਕਰਨਾ ਪਵੇ। ਤੋ ਵੂਮੈਨ ਕੋ ਮੈਂ ਬੜਾ ਜੋ ਜਾਣਤੀ ਹੂੰ ਉਹ ਬੜਾ ਇੱਕ ਪਿਆਰੇ ਰਿਸ਼ਤੇ ਸੇ ਜਾਣਤੀ ਹੂੰ। ਔਰਤ ਇੱਕ ਅਹਿਸਾਸ ਦਾ ਪਿਆਰ ਦਾ ਰਿਸ਼ਤਾ ਹੈ, ਅੱਲਾ ਨੇ ਔਰਤ ਦਾ ਦਿਲ ਬਹੁਤ ਹੀ ਨਰਮ ਬਣਾਇਆ, ਔਰ ਉਹਦੇ ਦਿਲ 'ਚ ਜਿਹੜਾ ਸਭ ਤੋਂ ਪਹਿਲਾ ਪਿਆਰਾ ਅਹਿਸਾਸ ਜਾਗਦਾ ਨਾ ਉਹ ਉਹਦਾ ਆਪਣੇ ਮਾਂ ਬਾਪ ਵਾਸਤੇ ਜਾਗਦਾ, ਇੱਕ ਬੇਟੀ ਦੀ ਸੂਰਤ 'ਚ ਜਿਹੜਾ ਅੱਲਾ ਨੇ ਸਾਡੇ ਬੇਟੀਆਂ ਦੇ ਦਿਲ 'ਚ, ਤੁਸੀਂ ਵੀ ਸਾਰਿਆਂ ਦੇ ਦਿਲਾਂ 'ਚ ਕੁੱਟ ਕੁੱਟ ਕੇ ਭਰਿਆ ਹੋਇਆ। ਫਿਰ ਮੁਲਤਾਨ ਰਹੀ ਤੋਂ ਮੁਲਤਾਨ ਮੇਰੇ ਬੇਜੀ ਉੱਥੇ ਸਨ, ਪੁੱਪੋ ਮੇਰੀ ਲੈ ਗਈ, ਔਰ ਉਨਕੋ ਫਾਲਜ ਥਾ ਵੋ ਬੈੱਡ ਪੇ ਥੀ, ਉਨਕਾ ਫਿਰ ਕਮੋਡ ਜੋ ਹੈ ਮੈਨੇ ਪਹਿਲੇ ਵੀ ਬਤਾਇਆ ਹੈ, ਵੋ ਸੀਟ ਪੇ ਹੋਤਾ ਥਾ ਉਸ ਵਕਤ ਦੂਸਰੇ ਬਾਥਰੂਮ ਨਹੀਂ ਥੇ, ਵੋ ਬਕਟ ਉਨਕੀ ਪਖਾਨੇ ਵਾਲੀ ਉਹ ਮੈਂ ਖਾਲੀ ਕਰਨੀ ਹੁੰਦੀ ਸੀ। ਬੜੀਆਂ ਹੀ ਮੈਨੂੰ ਦੁਆਵਾਂ ਦਿੰਦੇ ਹੁੰਦੇ ਸਨ, ਬੜਾ ਹੀ ਕਹਿੰਦੇ ਹੁੰਦੇ ਸਨ ਅੱਲਾ ਨੇ ਤੈਨੂੰ ਰੰਗ ਲਾਉਣੇ ਨੇ। ਤੋ ਇਹ ਜੋ ਅੱਜ ਕੱਲ੍ਹ ਲੋਕ ਮੁਝੇ ਕਹਿ ਦਿੱਤੇ ਨਾ ਕਿ ਆਪਨੇ ਯੂਟਿਊਬ ਕੀ ਕਮਾਈ ਸੇ ਬਣਾਇਆ, ਮੈਂ ਤਾਂ ਜ਼ਿੰਦਗੀ 'ਚ ਬਹੁਤ ਪਹਿਲੇ ਦੁਆਵਾਂ ਹੀ ਐਡੀਆਂ ਐਡੀਆਂ ਸੋਹਣੀਆਂ ਲੈ ਲਈਆਂ ਨੇ ਕਿ ਯੂਟਿਊਬ 'ਤੇ ਮੈਂ ਅੱਜ ਸ਼ੁਰੂ ਕੀਤੀ, ਉਹ ਹੀ ਮੈਨੂੰ ਲੱਗ ਰਹੀਆਂ ਨੇ। ਤੋ ਆਪ ਆਪਣੇ ਔਰਤ ਹੋਣੇ ਪਰ ਕਦੇ ਵੀ ਗਮਗੁਸਾਰ ਨਾ ਹੋਆ ਕਰੇ, ਕਦੀ ਵੀ ਦਿਲ ਨਾ ਥੋੜ੍ਹਾ ਕਰਿਆ ਕਰੋ, ਕਿਉਂਕਿ ਅੱਲਾ ਨੇ ਔਰਤ ਨੂੰ ਬਹੁਤ ਹੀ ਖੂਬੀਆਂ ਕੁਆਲਿਟੀਆਂ
ਦੇ ਨਾਲ ਪੈਦਾ ਕੀਤਾ। ਔਰ ਫਿਰ ਮੈਂ ਜਦੋਂ ਆਪਣੀ ਬਿਮਾਰੀ 'ਚ ਸੋਸ਼ਲ ਮੀਡੀਆ ਸਟਾਰਟ ਕੀਤਾ ਉਦੋਂ ਤਾਂ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਮੈਨੂੰ ਇੰਨਾ ਪਸੰਦ ਕਰੋਗੇ, ਮੇਰੀਆਂ ਗੱਲਾਂ ਤੁਹਾਨੂੰ ਇੰਨੀਆਂ ਚੰਗੀਆਂ ਲੱਗਣਗੀਆਂ, ਮੇਰੀ ਕਹੀ ਹੋਈ ਗੱਲ ਬਹੁਤ ਸਾਰੇ ਦਿਲਾਂ ਦੀ ਆਵਾਜ਼ ਹੋਏਗੀ। ਇਹ ਮੈਨੂੰ ਕਦੀ ਪਤਾ ਨਹੀਂ ਸੀ ਚੱਲਣਾ, ਜੇ ਮੇਰੇ ਲੰਗਸ 'ਚ ਬਲੱਡ ਕਲੋਟ ਨਾ ਹੁੰਦੇ ਹੈ, ਮੈਨੂੰ ਕੋਵਿਡ ਨਾ ਹੁੰਦਾ, ਮੇਰੀ ਮਾਂ ਦੁਨੀਆ ਤੋਂ ਨਾ ਜਾਂਦੀ, ਅਤੇ ਮੈਂ ਕਦੀ ਸੋਸ਼ਲ ਮੀਡੀਆ 'ਤੇ ਆਉਣਾ ਹੀ ਨਹੀਂ ਸੀ, ਅਤੇ ਮੈਂ ਬਸ ਆਪਣੇ ਦੋਸਤਾਂ ਤੱਕ ਹੀ ਰਹਿ ਜਾਣਾ ਸੀ ਜਿਹੜੇ ਮੈਨੂੰ ਪਿਆਰ ਕਰਦੇ ਸਨ, ਐਪਰੀਸ਼ੀਏਟ ਕਰਦੇ ਸਨ। ਲੇਕਿਨ ਵੂਮਨ ਇੰਪਾਵਰਮੈਂਟ ਕੀ ਹੈ? ਉਹ ਇਹੀ ਹੈ ਜੋ ਮੈਂ ਅੱਜ ਤੁਹਾਡੇ ਸਾਹਮਣੇ ਬੈਠੀ ਹਾਂ, ਕਿ ਆਪਕੇ ਅੰਦਰ ਕੋਈ ਇੱਕ ਖੂਬੀ ਹੈ, ਆਪ ਉਸਕੋ ਲੈ ਕੇ ਚਲੇ, ਤੁਸੀਂ ਬਹੁਤ ਸਾਰਿਆਂ ਲੋਕਾਂ ਦੀ ਜ਼ਿੰਦਗੀ 'ਚ ਡਿਫਰੈਂਸ ਮੇਕ ਕਰ ਸਕਦੇ ਹੋ, ਬਹੁਤ ਸਾਰਿਆਂ ਲੋਕਾਂ ਦੇ ਚਿਹਰੇ 'ਤੇ ਸਮਾਈਲ ਜਿਹੜੀ ਉਹ ਲਿਆ ਸਕਦੇ ਹੋ। ਬਹੁਤ ਸਾਰੇ ਲੋਕ ਮੁਝੇ ਕਹਿੰਦੇ ਕਿ ਹਮ ਅਕੇਲੇ ਹੈ, ਲੋਨਲੀ ਹੈ, ਸਾਡੇ ਫੈਮਿਲੀ 'ਚ ਕੋਈ ਨਹੀਂ, ਲੇਕਿਨ ਆਪਕੀ ਵੀਡੀਓ ਕਾ ਹਮ ਇੰਤਜ਼ਾਰ ਕਰਤੇ ਹੈ। ਯੇ ਵੂਮਨ ਇੰਪਾਵਰਮੈਂਟ ਹੈ ਕਿ ਇੱਕ ਔਰਤ ਆਪਣੇ ਘਰ ਮੇ, ਆਪਣੇ ਕਿਚਨ ਮੇ ਖੜੀ ਹੋ ਕੇ ਕਿਸ ਤਰ੍ਹਾਂ ਸੇ ਲੋਕੋਂ ਕੀ ਜ਼ਿੰਦਗੀ ਮੇ ਡਿਫਰੈਂਸ ਮੇਕ ਕਰ ਸਕਦੀ। ਸਾਡੇ ਕੋਲ ਤਾਂ ਟਾਈਮ ਹੀ ਨਹੀਂ ਕਿਸੇ ਵਾਸਤੇ ਕੁਛ ਕਰਨ ਦਾ, ਲੇਕਿਨ ਇਹ ਕੈਮਰੇ ਕੇ ਲੈਂਸ ਕੇ ਥਰੂ ਆਪ ਮੁਝੇ ਦੇਖਤੇ ਹੈ ਰੋਜ਼। ਤੋ ਹੈਪੀ ਵੂਮੈਨਸ ਡੇ, ਮੁਝੇ ਦੁਆਓਂ ਮੇ ਯਾਦ ਰੱਖੇ। ਅਭੀ ਮੈਂ ਜਾਊਂਗੀ ਆਪਣੀ ਫਰੈਂਡ ਬੇਨਜ਼ੀਰ ਕੇ ਘਰ, ਅਭੀ ਮੈਂ ਜਾ ਰਹੀ ਹੂੰ ਬੇਨਜ਼ੀਰ ਕੇ ਘਰ, ਔਰ ਆਪਕੋ ਵਹਾਂ ਚਲ ਕੇ ਮਿਲਤੀ ਹੂੰ। ਉਸਨੇ ਬਿਰਯਾਨੀ ਬਣਾਈ ਔਰ ਕਹਿਤੀ ਕਿ ਆਓ ਜ਼ਰਾ ਚੱਖੋ, ਤੋ ਚਲਤੇ ਹੈ ਵਹਾਂ, ਆ ਜਾਏ। ਅਭੀ ਮੌਸਮ ਦੇਖੇ ਕਿਤਨਾ ਜ਼ਬਰਦਸਤ ਹੈ ਅੱਜ, ਔਰ ਬੜਾ ਅੱਛਾ ਮੌਸਮ। ਲੇਨ ਜੀ ਹਮ ਪਹੁੰਚ ਗਏ ਬੇਨਜ਼ੀਰ ਕੇ ਘਰ, ਬੈਲ ਬਜਾਏ। ਮੇਰਾ ਇੰਤਜ਼ਾਰ ਕਰ, ਅਸਲਾਮ ਅਲੈਕੁਮ। ਯੇ ਦੇਖੇ ਜੀ, ਯੇ ਹੈ ਬੇਨਜ਼ੀਰ ਮੇਰੀ ਦੋਸਤ, ਔਰ ਇਹਨਾਂ ਆਜ ਬਿਰਯਾਨੀ ਬਣਾਈ ਹੈ, ਮੈਨੇ ਤਾਂ ਨਾਸ਼ਤਾ ਵੀ ਨਹੀਂ ਕੀਆ। ਬਹੁਤ ਅੱਛਾ ਕੀਆ ਹੈ, ਬੋਲਨੇ ਮੈਂ ਤਭੀ ਬਤਾ ਦਿਆ ਥਾ ਕਿ ਬਿਰਯਾਨੀ ਸਾਥ ਹੀ ਖਾਏਂਗੇ। ਹਾਂ, ਅਭੀ ਤੁਮ ਜੋ ਨਾ ਨਾਸ਼ਤਾ ਜੋ ਹੈ, ਹਾਂ ਪੇਟ ਭਰ ਕੇ ਨਾ ਹੋ ਜਾਏ, ਪੇਟ ਭਰ ਕੇ ਨਾ ਹੋ ਜਾਏ, ਬਿਲਕੁਲ ਜੀ। ਤੋ ਅਬ ਹਮ ਬੈਠੇਂਗੇ ਇਕੱਠੇ ਔਰ ਹਮ ਖਾਏਂਗੇ, ਹੈ ਨਾ ਬੇਨਜ਼ੀਰ? ਬਿਲਕੁਲ। ਇਹ ਬੇਨਜ਼ੀਰ ਤੇਲ ਤੋਂ ਨਹੀਂ, ਨਹੀਂ ਜ਼ਿਆਦਾ ਨਹੀਂ ਹੈ, ਹੈ ਜ਼ਿਆਦਾ ਨਹੀਂ, ਉੱਪਰ ਸੇ ਦੇਖੇ ਤਾਂ ਕੁਛ ਕੁਛ ਆਵਾ ਦੇ, ਦੇਖੋ। ਅੱਛਾ, ਮੈਨੇ ਬਹੁਤ ਹੱਥ ਰੁਕ ਕੇ ਡਾਲਾ ਹੈ, ਬਸ ਚਲੇ, ਬਸ ਬਹੁਤ ਹੈ ਇਤਨਾ। ਅੱਛਾ 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 ਭਾਈ, ਇਨਕੀ ਰੈਸਿਪੀਜ ਬੜੀ ਜ਼ਬਰਦਸਤ ਹੈ, ਆਪਨੇ ਦੇਖਣੀ ਹੈ। ਹੈ ਪਲਾਂਟ ਤੋਂ ਬੜੇ ਅੱਛੇ ਹੋ ਰਹੇ ਬੇਨਜ਼ੀਰ। ਅੱਛਾ ਲੈ ਜੀ ਹਮ ਖਾਏਂਗੇ ਯਹਾਂ ਬੈਠ ਕੇ, ਮੌਸਮ ਦੇਖੇ ਕਿਤਨਾ ਜ਼ਬਰਦਸਤ ਹੈ ਬਾਹਰ। ਯੇ ਦੇਖੇ ਜੀ, ਯੇ ਮੈਂ ਲੇਤੀ ਹੂੰ, ਪਹਿਲੇ ਵੀ ਮੈਨੇ 6 ਮਹੀਨੇ ਯੇ ਲਿਆ, ਔਰ ਯੇ ਬਹੁਤ ਜ਼ਬਰਦਸਤ ਚੀਜ਼ ਹੈ, ਬੇਨਜ਼ੀਰ ਕੇ ਲਈ ਵੀ ਲੈ ਕੇ ਆਈ ਹੂੰ। ਮੈਂ ਕਿਹਾ ਆਪ ਵੀ ਸਟਾਰਟ ਕਰੇ, ਯੇ ਡਾਇਬਟਿਕ ਪੇਸ਼ੈਂਟਸ ਕੇ ਲੀਏ ਜ਼ਬਰਦਸਤ ਚੀਜ਼ ਹੈ। ਆਪ ਵੀ ਇਸਕੋ, ਔਰ ਯੇ ਬਸ ਜਲਦੀ ਸਾਹਿਬ ਮੈਂ ਬੋਤਲ ਆਪਣੀ ਲੈ ਹੀ ਆਤੀ ਸਾਥ। ਹਾਂ ਹਮ ਟਰਾਈ ਕਰਤੇ ਹੈ ਜੀ ਬੇਨਜ਼ੀਰ ਕੀ ਬਿਰਯਾਨੀ। ਬੇਨਜ਼ੀਰ ਕਰਾਚੀ ਸੇ ਹੈ, ਮੇਮਨ ਫੈਮਿਲੀ ਸੇ, ਔਰ ਆਪਕੋ ਪਤਾ ਹੈ ਮੇਮਨ ਫੈਮਿਲੀ ਕੇ ਖਾਨੇ ਕਿਤਨੇ ਮਸ਼ਹੂਰ ਹੈ, ਤੋ ਇਨਕਾ ਤੋ ਇੱਕ ਅਲੱਗ ਹੀ ਜ਼ਾਇਕਾ ਹੋਤਾ ਹੈ, ਹਮ ਨਹੀਂ ਐਸਾ ਬਣਾ ਸਕਤੇ। ਨਹੀਂ ਨਹੀਂ, ਮਾਸ਼ਾਅੱਲਾ ਆਪ ਵੀ ਬਹੁਤ ਅੱਛਾ ਕੁਕਿੰਗ ਕਰਤੇ ਹੋ, ਨੋ ਡਾਊਟ। ਯੇ ਮੈਨੇ ਵੋ ਖੁਬਾਨੀ ਡਾਲਾ, ਮਿੱਠਾ ਹੈ ਨਾ, ਵੋ ਖੁਬਾਨੀ ਡਾਲਾ ਹੈ, ਬੜੀ ਜ਼ਬਰਦਸਤ ਹੈ ਜ਼ਬਰਦਸਤ। ਚਲੋ ਆਪ ਆਰਾਮ ਸੇ ਰੈਸਿਪੀ ਆਪਨੇ ਡਾਲੀ ਹੈ ਚੈਨਲ ਪੇ?
रेसिपी बिरयानी की तो लाखों दफा है, लाखों रेसिपी बहुत है बिरयानी की। भाई कंफ्यूज मत हो जाइएगा, जो पहले खोले वही बना। चले आए आप भी, चटनी के साथ घर की चटनी। हाँ। रमजान की तैयारी हो गई? हाँ ना, रमजान की अभी कुछ मैंने वो नहीं बनाया। अच्छा, कहते पकोड़े समोसे, पकोड़े कह रही हूँ, समोसा रोल। मतलब बेनजीर वैसे तो ना भी खाएं तो क्या है, हमें तो नहीं खाना चाहिए, मगर दूसरों को दूसरे भी तो बेचारे रोजे रखे हैं, उनको क्यों जुल्म करें। हाँ, उन पे जुल्म ना करें। हमें अगर महीना साल भी ना खिलाओ तो हम तो अंदर ही अंदर अपने से सब पूरा हो जाएगा। हमारे अंदर बड़ा जखीरा मौजूद है। जी इधर आई है अब ट्राइफल, पूरा आज डाइट का मैं कहती हूँ सत्यानाश करने का प्रोग्राम। बस बेनजीर बस 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 कुछ नहीं तो थोड़ा सा ही मीठा है, थोड़ा सा मीठा करो, मैं इधर कमाल लेकर। अच्छा है, मजे का मीठा। अच्छा हाँ, आपको बेनजीर घर अब कैसे लगता है मैनेज करना? इजी है, काम बहुत होता है ना। हाँ। काम बड़ी है। हाँ। ये देखिए जी बेनजीर की खूबसूरत कलेक्शन क्रॉकरी की। हाय 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 हाय, क्रॉकरी की देखें कितनी जबरदस्त है। बर्तन बेनजीर, ये डिनर सेट आपका वहां का है, सऊदीया का? ये जो बड़ा अच्छे वाला पड़ा हुआ है ऊपर। हाँ हाँ हाँ, अच्छा 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 अच्छा। ये देखें जी बेनजीर को, ये घर जो है ना, मैं इनके साथ देखने आई थी और मैंने कहा था कि आप यही घर लें, आपने और कहीं नहीं जाना। तो ये घर फिर बेनजीर ने और मैंने, इन्होंने जाके वहाँ यस कर दिया कि यही लेंगी, और फिर ये सारा इनका एक्सटेंशन हुई हुई है घर की। और ये किचन इनका बड़ा ज़बरदस्त बना हुआ है, लाइटों के साथ शायद हो रहा है कुछ ऐसे। तो चलें जी, मुझे इजाज़त दें, मैं फिर घर जाके आपको मिलती हूँ। अभी इसको मैं चार्ज करूँगी जाके बैटरी को, बैटरी बंद हो रही है। ये सैलेड भी डाल दिए मैंने, अच्छे से देखे जी कितनी जबरदस्त। बेनजीर बड़ी अच्छी बिरयानी बनाती है भाई। इंस्टेंट पॉट कितना अच्छा रहा बेनजीर, उसी में तो गोश्त गलता है मेरा। अच्छा, उसी में बनाती है, गोश्त गलता है इसी में। हाँ देखिए, मेरा मैं सोच रही हूँ, मैं प्रेशर कुकर तो खरीदा ही नहीं। अच्छा, इसी में बन जाता है, मैं सोच रही मैं ले लूँ एक और, इसके बिना गुजारा नहीं। और इसको सबसे अच्छा क्या है, तुम ना किचन में फुल मत खोलना सीटी। हाँ हाँ, थोड़ी सी कभी खोलो, थोड़ा टाइम लगेगा। हाँ हाँ हाँ, फुल खोलने का मतलब आपका दीवार खराब। अच्छा, मैं कहता हूँ एकदम छोटी सी हवा आ रही है, हल्की सी। अच्छा, वो ऑन करते हल्की सी खोलती है। अच्छा अच्छा अच्छा, अच्छा। देखें छत कितना अच्छा लग रहा है बाहर से, तो वो देखें। चले बेनजीर, थैंक यू सो मच, चले ओके, थैंक यू। आप आना फिर, हम आएंगे फिर, मैं आऊंगी आपको कार्ड देने, ठीक है? चलो इंशाल्लाह, फिर किसी दिन लेके ना सबको, फिर आप आते हैं, मिठाई भी लेके आएंगे भाई। चले ओके जी, बाय 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 बाय, चले थैंक यू बेनजीर।
हाँ पैदल आई। ओके अल्लाह हाफिज। अल्लाह मौसम देखें कितना अच्छा मौसम है। बस मैं भी अब जाके काम करूँ, काफ़ी काम करने हैं अभी, मैंने वीडियो एडिट करनी है जाके।